ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ, ਹਲ, ਤਵੀਆਂ, ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀਂਦੀ ਜਾਣਕਾਰੀ ਜਿਵੇਂ ਉਸਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹਾਂ। ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ, ਕੋਈ ਕਮਿਸ਼ਨ ਨਹੀਂ ਆਪਣਾ। ਹੁਣ ਗੱਲ ਕਰਦੇ ਹਾਂ ਜੀ ਨਿਊ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ ਟਰੈਕਟਰ ਦੀ। 2015 ਮਾਡਲ ਟਰੈਕਟਰ ਹੈ ਅਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਮੋਗਾ ਏਰੀਆ ਹੈ ਜਿੱਥੇ ਟਰੈਕਟਰ ਖੜ੍ਹਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਆਲ ਓਰਿਜਨਲ ਟਰੈਕਟਰ ਹੈ, ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਹੈ, ਕਿਤੋਂ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ, ਸਾਫ਼ ਸੁਥਰਾ ਇਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ, ਨਾ ਹੀ ਕਿਤੇ ਕੋਈ ਡੈਮੇਜ ਹੈ। ਬਾਕੀ ਟਰੈਕਟਰ ਦੇ ਸਾਰੇ ਜੈਨੂਨ ਪਾਰਟਸ ਲੱਗੇ ਹੋਏ ਨੇ, ਕੁਝ ਵੀ ਚੇਂਜ ਨਹੀਂ ਕੀਤਾ ਗਿਆ। ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ, 75 ਪੈਸੇ ਤਕਰੀਬਨ ਟਰੈਕਟਰ ਦੇ ਟਾਇਰ ਪਏ ਹੈ। ਸੇਮ ਕੰਡੀਸ਼ਨ ਦੇ ਵਿੱਚ 4 ਟਾਇਰ ਲੱਗੇ ਹੋਏ ਹੈ। ਟਰੈਕਟਰ 1200 ਘੰਟੇ ਚੱਲਿਆ ਹੋਇਆ, ਬਿਲਕੁਲ ਓਰਿਜਨਲ ਚੱਲਿਆ, ਮੀਟਰ ਨਾਲ ਕੋਈ ਵੀ ਛੇੜਛਾੜ ਨਹੀਂ। ਬਾਕੀ ਟਰੈਕਟਰ ਡਬਲ ਕਲੱਚ, ਪਾਵਰ ਬ੍ਰੇਕ, ਪਾਵਰ ਸਟੀਅਰਿੰਗ, ਸਾਈਡ ਗੇਅਰ ਅਤੇ ਰਿਵਰਸ ਸਪੀਡਸ ਨਾਲ ਹੈ। ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ, 3 ਸਪੀਡ ਟਰੈਕਟਰ ਹੈ ਜੋ ਕਿ ABC ਗੇਅਰਾਂ ਦੇ ਵਿੱਚ ਆਉਂਦਾ ਹੈ। ਇੰਜਨ ਗੇਅਰ ਦਾ ਸੀਲਡ ਹੈ, ਕਿਤੋਂ ਵੀ ਚਾਬੀ ਤੱਕ ਨਹੀਂ ਲੱਗੀ ਹੋਈ। ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈਗਾ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਉਹ ਖਰੀਦ ਸਕਦੇ ਹੋ। ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਆ 5,85,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ ਅਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ 'ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ, ਤੁਸੀਂ ਮਾਲਕ ਵੀਰਾਂ ਨਾਲ ਫੋਨ 'ਤੇ ਜਾਂ ਵਟਸਐਪ 'ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਥੈਂਕ ਯੂ। ਸਾਰੇ ਵੀਰਾਂ ਨੂੰ ਇੱਕ ਹੋਰ ਰਿਕੁਐਸਟ ਹੈ, ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਉਸ ਮਸ਼ੀਨਰੀ 'ਤੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ। ਇੱਕ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਹੈ ਉਹ ਉਸ ਮਸ਼ੀਨਰੀ ਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਹੈ, ਇਹ ਸਾਰੀ ਜਾਣਕਾਰੀ ਵੀ ਜ਼ਰੂਰ ਦੱਸਦਿਆ ਕਰਨ। ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ, ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ। ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਅਤੇ ਕਿ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ। ਆਪਾਂ ਡੇਲੀ 6 ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਅਤੇ ਮਿਸ ਨਾ ਕਰ ਸਕੋ। ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਥੈਂਕ ਯੂ।